ਦੋਸਤੋ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵਕਤ ਇੱਕ ਨਾਰਾ ਸਾਰੇ ਪਾਸੇ ਗੂੰਜ ਰਿਹਾ ਮਰੋ ਜਾਂ ਵਿਰੋਧ ਕਰੋ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਰਾਵਣਾ ਸੀ ਜਿਨ੍ਹਾਂ ਨੂੰ ਰਾਹ ਦੇ ਵਿੱਚ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਐਮਐਲਏ ਜਿਹੜਾ ਹੌਸਟਲ ਆ ਦੇ ਬਾਹਰ ਹੀ ਇਹ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਇਕੱਤਰ ਹੋਏ ਨੇ ਅਤੇ ਵਿਰੋਧ ਕਰ ਰਹੇ ਨੇ ਕਿ ਕੈਪਟਨ ਸਰਕਾਰ ਨੇ ਜਿਹੜਾ 4 ਹਫ਼ਤਿਆਂ ਦੇ ਅੰਦਰ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਉਹਨੂੰ ਹਲੇ ਤੱਕ ਵਫਾ ਨਹੀਂ ਕੀਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਐਮਐਲਏ ਹੱਥਾਂ ਦੇ ਵਿੱਚ ਪੋਸਟਰ ਲੈ ਕੇ ਪਹੁੰਚੇ ਹੋਏ ਨੇ ਤੇ ਜਿਨ੍ਹਾਂ ਤੇ ਲਿਖਿਆ ਹੋਇਆ ਹੈ ਸਾਫ਼ ਤੌਰ ਤੇ ਕਿ ਡਰੱਗ ਦੇ ਖਿਲਾਫ ਆਵਾਜ਼ ਬੁਲੰਦ ਕਰੋ ਤੇ ਜਿਹੜੇ ਲੋਕ ਡਰੱਗ ਦਾ ਬਿਜ਼ਨਸ ਕਰਦੇ ਆ ਮਾਫੀਆ ਚਲਾਉਂਦੇ ਆ ਉਹਨਾਂ ਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਾਰੇ ਆਗੂ ਇੱਥੇ ਮੌਜੂਦ ਨੇ ਭਗਵੰਤ ਮਾਨ ਪਹੁੰਚੇ ਹੋਏ ਨੇ ਵਿਰੋਧੀ ਧਰ ਦੇ ਨੇਤਾ ਸੁਖਪਾਲ ਸਿੰਘ ਖੈਰਾ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਮੁੱਖ ਐਮ ਐਲ ਏ ਨੇ ਇੱਥੇ ਪਹੁੰਚੇ ਹੋਏ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਇਹ ਡਟ ਕੇ ਵਿਰੋਧ ਕੀਤਾ ਜਾ ਰਿਹਾ ਤੇ ਕੈਪਟਨ ਸਰਕਾਰ ਤੇ ਵਾਅਦਾ ਖਿਲਾਫੀ ਕਰਨ ਦੇ ਦੋਸ਼ ਲਗਾਇਆ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਇਸ ਵਕਤ ਵੱਖ-ਵੱਖ ਜਿਹੜੇ ਆਗੂ ਨੇ ਉਹ ਆਮ ਆਦਮੀ ਪਾਰਟੀ ਦੇ ਇੱਥੇ ਪਹੁੰਚੇ ਹੈ ਵਰਕਰਾਂ ਨੂੰ ਵਲੰਟੀਅਰਾਂ ਨੂੰ ਆਪਣੇ ਵੱਲੋਂ ਉਹਨਾਂ ਦਾ ਸੰਬੋਧਨ ਕਰ ਰਹੇ ਨੇ ਉਹਨਾਂ ਨੂੰ ਅਤੇ ਆਮ ਆਦਮੀ ਪਾਰਟੀ ਅੱਜ ਇਹ ਨਾਅਰਾ ਦੇ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਪਹਿਲਾਂ ਹੀ ਪਹਿਲਾ ਵਾਂਗ ਚੱਲ ਰਿਹਾ ਤੇ ਲਗਾਤਾਰ ਜਿਹੜੇ ਲੋਕ ਨੇ ਇਸ ਖਿਲਾਫ ਆਵਾਜ਼ ਚੁੱਕ ਰਨੇ ਪਰ ਕੈਪਟਨ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਸਾਰੇ ਐਮਐਲਏ ਵਿਰੋਧ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਇਕੱਠੇ ਹੋਏ ਨੇ ਸਰਕ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖੈਰਾ ਸਾਡੇ ਨਾਲ ਮੌਜੂਦ ਨੇ ਸੁਖਪਾਲ ਖੈਰਾ ਜੀ ਕਿਦਾਂ ਦੇਖਦੇ ਹੋ ਅੱਜ ਪ੍ਰੋਟੈਸਟ ਕੀਤਾ ਗਿਆ ਭਰੋਸਾ ਦੇ ਦਿੱਤਾ ਗਿਆ ਸਿਰਫ ਇਹ ਕਹਿ ਰਹੇ ਆ ਜੀ ਭਰੋਸਾ ਕੋਈ ਨਹੀਂਗਾ ਅਸੀਂ ਸਿਰਫ ਇਹ ਕਹਿ ਰਹੇ ਹਾਂ ਕਿ ਸਾਡੇ ਬੱਚੇ ਰੂੜੀਆਂ ਤੇ ਪਏ ਨੇ ਟੀਕੇ ਲਾ ਕੇ ਮਰੇ ਪਏ ਨੇ ਲੜਕੀਆਂ ਦੀ ਐਕਸਪਲੋਇਟੇਸ਼ਨ ਹੋ ਰਹੀ ਪੁ ਇਸਤੇਮਾਲ ਕਰ ਰਹੇ ਨੇ ਕੋਰੀਅਰ ਬਣਾ ਰਹੇ ਨੇ ਇਹਦੀ ਸਾਰੀ ਦੀ ਜਾਂਚ ਹੋਣੀ ਚਾਹੀਦੀ ਔਰ ਜੋ ਐਸਐਸਪੀ ਰਾਜਜੀਤ ਦੇ ਉੱਤੇ ਇਲਜ਼ਾਮ ਲਾਤੇ ਇੰਦਰਜੀਤ ਕਾਂਡ ਦੇ ਨਾਲ ਤੇ ਜੋ ਡੀਜੀਪੀ ਸੁਰੇਸ਼ ਅਰੋੜਾ ਤੇ ਹੋਇਆ ਇਹਨਾਂ ਨੂੰ ਆਪਣੇ ਸਥੀ ਅਹੁਦਿਆਂ ਤੋਂ ਪਰੇ ਹਟਣਾ ਚਾਹੀਦਾ ਤੇ ਹਾਈ ਕੋਰਟ ਵਿੱਚ ਅਮਰਿੰਦਰ ਸਿੰਘ ਨੂੰ ਐਫੀਡੇਵਿਟ ਫਾਈਲ ਕਰਕੇ ਜੋ ਇੱਕ ਹਾਈ ਹਾਈ ਕੋਰਟ ਮੋਨੀਟਰਡ ਟਾਈਮ ਬਾਉਂਡ ਸੀਬੀਆਈ ਦੀ ਜਾਂਚ ਪੰਜਾਬ ਦੇ ਨਸ਼ਿਆਂ ਲਈ ਹੋਣੀ ਚਾਹੀਦੀ ਤਾਂ ਕਿ ਤਾਕਤਵਰ ਲੋਕਾਂ ਨੂੰ ਹੱਥ ਪੈ ਸਕੇ ਕਹਿੰਦਾ ਸਾਹਿਬ ਕਿੱਦਾਂ ਦੇਖਦੇ ਆ ਵੀ ਹੁਣ ਸਿੱਧੇ ਤੌਰ ਤੇ ਪੁਲਿਸ ਅਫਸਰਾਂ ਦੇ ਨਾਮ ਸਾਹਮਣੇ ਆਉਣ ਲੱਗੇ ਨੇ ਇਸ ਨਸ਼ਾ ਤਸਕਰੀ ਦਾ ਜੀ ਕਿ ਸਾਰੀ ਪੁਲਿਸ ਦੀ ਇਨਵੋਲਵਮੈਂਟ ਆ ਪੁਲਿਸ ਦੀ ਤਾਂ ਟੋਟਲ ਸਕਰੀਨਿੰਗ ਦੀ ਲੋੜ ਆ ਔਰ ਜਿੰਨੀਆਂ ਕਾੜੀਆਂ ਭੇਡਾਂ ਪੁਲਿਸ ਵਰਦੀ ਵਿੱਚ ਜਾ ਕੇ ਨਸ਼ਾ ਬਕਵਾ ਰਹੇ ਉਹਨਾਂ ਨੂੰ ਸਭ ਨੂੰ ਚਲਦਾ ਕਰਨਾ ਚਾਹੀਦਾ 311 ਲੱਖ ਕੇ ਜਿਹੇ ਸਮੇਂ ਦੇ ਵਿੱਚ ਮੁੱਖ ਮੰਤਰੀ ਕੈਪਟਨ ਦਾ ਬਿਆਨ ਹੁੰਦਾ ਵੀ ਅਸੀਂ 18000 ਕੇਸ ਦਰਜ ਕਰ ਲਏ ਨਸ਼ਾ ਪੰਜਾਬ ਦੇ ਵਿੱਚ ਮਿਲ ਨਹੀਂ ਰਿਹਾ ਕੀਮਤ 1000 ਤੋਂ 6000 ਤੱਕ ਪਹੁੰਚ ਗਈ ਹੈ ਨੌਜਵਾਨ ਹੋਰ ਚੀਜ਼ਾਂ ਇਸਤੇਮਾਲ ਕਰਨੇ ਇਸ ਕਰਕੇ ਮੌਤ ਹੋਉਂਦੀ ਉਹ ਤਾਂ ਸਾਰੇ ਜਿਹੜੇ ਛੋਟੇ ਬਚਾਰੇ ਬੇਬਸ ਲਾਚਾਰ ਬੱਚੇ ਜਿਹੜੇ ਬੇਰੋਜ਼ਗਾਰੀ ਦੇ ਮਾਰੇ ਹੋਏ ਨੇ ਜਿਹੜੇ ਕਿਸਾਨ ਆਪਣੀ ਆਰਥਿਕਤਾ ਜਿਹੜੀ ਫਸਲਾਂ ਦਾ ਘਾਟਾ ਪੈ ਕੇ ਸਾਰੇ ਕਰਜ਼ਾਈ ਹੋ ਗਏ ਨੇ ਸਾਰੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਵਾ ਤਾਕਤਵਰ ਬੰਦਾ ਤਾਂ ਸਾਰੇ ਅੱਜ 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 ਦੇ ਵਿਰੋਧ ਦਾ ਮੁੱਖ ਮੰਗਾ ਕੀ ਰਹਿਣਗੇ ਕੱਲ ਨੂੰ ਕਿਹੜੀਆਂ ਆਵਾਜ਼ਾਂ ਚੱਕੋ ਦੱਸਤਾ ਜੀ ਹਾਈ ਕੋਰਟ ਦੀ ਇਨਕੁਆਇਰੀ ਵਗੈਰਾ ਤਾਂ ਸੋਇਸਾਨਨ ਸੁਖਪਾਲ ਖਹਿਰਾ ਜਿਨ੍ਹਾਂ ਨੇ ਦੱਸਿਆ ਕਿ ਆਪਣੇ ਵੱਲੋਂ ਅੱਜ ਵਿਰੋਧ ਕੀਤਾ ਗਿਆ ਆਮ ਆਦਮੀ ਪਾਰਟੀ ਇਸ ਤਰ੍ਹਾਂ ਵਿਰੋਧ ਰੱਖੇਗੀ ਤੇ ਸਿੱਧੇ ਤੌਰ ਤੇ ਸੂਬਾ ਸਰਕਾਰ ਤੇ ਇਲਜ਼ਾਮ ਲਗਾਏ ਨੇ ਕਿ ਸੂਬਾ ਸਰਕਾਰ ਨਸ਼ੇ ਦੇ ਮਾਮਲੇ ਨੂੰ ਲੈ ਕੇ ਪੂਰੀ ਤਰ੍ਹਾਂ ਫੇਲ ਹੈ ਭਗਵੰਤ ਮਾਜੂਨੇ ਭਗਵੰਤ ਸਾਹਿਬ ਕਿੱਦਾਂ ਦੇਖ ਰਹੇ ਹੋ ਅੱਜ ਦਾ ਪ੍ਰੋਟੈਸਟ ਕੀਤਾ ਗਿਆ ਸਰਕਾਰ ਨੂੰ ਕਿੰਨਾ ਹੋਰ ਜਗਾਉਣ ਦੀ ਲੋੜ ਹੈ ਤੁਹਾਡਾ ਦੇਖੋ ਜੀ ਬੈਸੇ ਤਾਂ ਸਰਕਾਰ ਨੂੰ ਖੁਦ ਹੀ ਜਾਗ ਜਾਣਾ ਚ ਕਸਮ ਖਾਦੀ ਸੀ ਤਲਵੰਡੀ ਸਾਬੋ ਦਮਦਮਾ ਤਖਤ ਸੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਕੈਪਟਨ ਸਾਹਿਬ ਨੇ ਚਾਰ ਹਫ਼ਤਿਆਂ ਦਾ ਕਹਿਆ ਸੀ ਮੈਂ ਖਤਮ ਕਰ ਦੂੰਗਾ 16 ਮਹੀਨੇ ਹੋ ਗਏ ਅੱਜ ਸਾਨੂੰ ਧਰਨੇ ਦੇਣ ਦੀ ਲੋੜ ਕਿਉਂ ਪੈ ਰਹੀ ਹੈ ਉਹਨਾਂ ਨੂੰ ਪਹਿਲੀ ਹੀ ਕੰਮ ਹੋ ਜਾਣਾ ਚਾਹੀਦਾ ਸੀ ਤਾਂ ਚਾਹੇ ਧਰਨੇ ਦੇਣ ਦੀ ਲੋੜ ਨਾ ਪੈਂਦੀ ਪ੍ਰੋਟੈਸਟ ਦੌਰਾਨ ਤੁਸੀਂ ਇਹ ਵੀ ਕਿਹਾ ਵੀ ਤਲਵੰਡੀ ਸਾਬੋ ਤੋਂ ਹੀ ਤੁਹਾਨੂੰ ਇੱਕ ਫੋਨ ਆਇਆ ਜਿੱਥੇ ਹੁਣੇ ਇੱਕ ਨੌਜਵਾਨ ਦੀ 23 ਸਾਲ ਦੀ ਨੌਜਵਾਨ ਦੀ ਮੌਤ ਹੋਈ ਕਿੱਦਾਂ ਦੇਖਦੇ ਹੋ ਦੇਖੋ ਜਦੋਂ ਮੈਂ ਸਪੀਚ ਕਰ ਰਿਹਾ ਸੀ ਤਾਂ ਉਸੇ ਵੇਲੇ ਫੋਨ ਆਇਆ ਕਿ ਤਲਵੰਡੀ ਸਾਬੋ ਦੇ ਵਿੱਚ ਇੱਕ ਨੌਜ ਤੇ ਇਸ ਇਧਰੋਂ ਸਰਕਾਰ ਕਹਿ ਰਹੀ ਹੈ ਕਿ ਚਿੱਟਾ ਹੈ ਹੀ ਨਹੀਂ ਜੇ ਜੇ ਚਿੱਟਾ ਹੈ ਨਹੀਂ ਤਾਂ ਫਿਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਸੌਂ ਖਾਣ ਦੀ ਕੀ ਲੋੜ ਸੀ ਕੈਪਟਨ ਸਾਹਿਬ ਕਹਿੰਦੇ ਨੇ ਕਿ 18000 ਕੇਸ ਦਰਜ ਕਰ ਲਏ ਅਸੀਂ ਕਾਰਵਾਈ ਸਾਡੀ ਲਗਾਤਾਰ ਜਾਰੀ ਹੈ ਲਗਾਤਾਰ ਨਸ਼ੇ ਦੇ ਖਿਲਾਫ ਅਸੀਂ ਲਗਾਮ ਕੱਸ ਰਹੇ ਹਾਂ ਨਹੀਂ ਜਿਹੜੇ ਜਿਹੜੇ 18000 ਦੇ ਖਿਲਾਫ ਕੇਸ ਦਰਜ ਕੀਤੇ ਨੇ ਉਹ ਸਮਗਲਰ ਨਹੀਂ ਹੈਗੇ ਉਹ ਤਾਂ ਮਰੀਜ਼ ਨੇ ਉਹ ਤਾਂ 1 ਗ੍ਰਾਮ 2 ਗ੍ਰਾਮ ਖਾਣ ਵਾਲੇ ਮਰੀਜ਼ ਨੇ ਐਡਿਕਟਡ ਨੇ ਉਹਨੂੰ ਤਾਂ ਹਸਪਤਾਲ ਚ ਲੈ ਕੇ ਜਾਣਾ ਚਾਹੀਦਾ ਸੀ ਉਹਨਾਂ ਨੂੰ ਜੇਲ੍ਹਾਂ ਚ ਕਿਉਂ ਲਈ ਜਾਂਦੇ ਹੋ ਵੱਡੀਆਂ ਮੱਛੀਆਂ ਫੜੋ ਸਪਲਾਈ ਜਿੱਥੋਂ ਆਉਂਦੀ ਹੈ ਉਹਨਾਂ ਨੂੰ ਫੜੋ ਭਗਵੰਤ ਮਾਨ ਜੀ ਵੱਡੀਆਂ ਮੱਛੀਆਂ ਕਿਹੜੀਆਂ ਨੇ ਸ਼ਾਇਦ ਕੈਪਟਨ ਸਾਹਿਬ ਨੂੰ ਉਹ ਭੁੱਲ ਗਈਆਂ ਨੇ ਹੁਣ ਲੱਭ ਨਹੀਂ ਰਹੀਆਂ ਕਿਹੜੀਆਂ ਮੱਛੀਆਂ ਦੇਖੋ ਪਹਿਲੀ ਗੱਲ ਤਾਂ ਵੱਡੇ ਵੱਡੇ ਸਮਗਲਰਾਂ ਦਾ ਨਾਂ ਲੈਨੇ ਈਡੀ ਦੇ ਵਿੱਚ ਕੇਸ ਚੱਲ ਰਿਹਾ ਹੈ ਈਡੀ ਦੇ ਵਿੱਚ ਨਾਮ ਹੈ ਬਿਕਰਮਜੀਤ ਮਜੀਠੀ ਦਾ ਨਾਮ ਹੈ ਅਸੀਂ ਕਹਿੰਦੇ ਜਾਂਚ ਕਰਾਓ ਸੀਬੀਏ ਤੋਂ ਜੋ ਜਾਂਚ ਕਰਾਉਣ ਦੀ ਮੰਗ ਉੱਠੀ ਸੀ ਉਦੋਂ ਸੈਂਟਰ ਚ ਕੇਂਦਰ ਦੀ ਸਰਕਾਰ ਸੀ ਕੈਪਟਨ ਸਾਹਿਬ ਉਹਦੇ ਵਕੀਲ ਬਣ ਗਏ ਸੀ ਕਹਿੰਦੇ ਨਹੀਂ ਸੀਬੀਏ ਤੋਂ ਜਾਂਚ ਨਹੀਂ ਕਰਾਉਣੀ ਪੰਜਾਬ ਪੁਲਿਸ ਇਸ ਦੇ ਕਾਬਿਲ ਹੈਗੀ ਹੈ ਹੁਣ ਪੰਜਾਬ ਪੁਲਿਸ ਪਿਛਲੇ ਡੇਢ ਸਾਲ ਤੋਂ ਕੈਪਟਨ ਸਾਹਿਬ ਦੇ ਅੰਡਰ ਹੈ ਤੇ ਹੁਣ ਤੱਕ ਕਰਾ ਲਓ ਨਾ ਹੁਣ ਵੀ ਨਹੀਂ ਕਰਾ ਰਹੇ ਇਹਦਾ ਮਤਲਬ ਇਹਨਾਂ ਨੇ ਮੁੱਦਾ ਜਿਹੜਾ ਖਤਮ ਕਰਤਾ ਇਹ ਆਪਸ ਦੇ ਵਿੱਚ ਮਿਲੇ ਹੋਏ ਨੇ ਚਾਚਾ ਭਤੀਜਾ ਜਿਹੜੇ ਨੇ ਪਹਿਲਾਂ ਪਿਓ ਪੁੱਤ ਦੀ ਸਰਕਾਰ ਸੀ ਹੁਣ ਚਾਚੇ ਭਤੀਜੇ ਦੀ ਖੁਸ਼ਹਾਲ ਪੰਜਾਬ ਕਾਲਾ ਹਫਤਾ ਮਨਾ ਰਿਹਾ ਕਿਦਾਂ ਦੇਖਦੇ ਬੜੀ ਬੜੀ ਦੁੱਖ ਦੀ ਗੱਲ ਹੈ ਕਿ ਉਹ ਪੰਜਾਬ ਜਿਹੜਾ ਗਿੱਧੇ ਪੰਘਣੇ ਵਾਸਤੇ ਮਸ਼ਹੂਰ ਸੀ ਉਹ ਪੰਜਾਬ ਜਿਹੜਾ ਫੌਜ ਦੇ ਵਿੱਚ ਜਰਨੈਲ ਫੌਜ ਦੇ ਵਿੱਚ ਭਰਤੀ ਹੋਣ ਲਈ ਮਸ਼ਹੂਰ ਸੀ ਅੱਜ ਉਹਨੂੰ ਕਾਲੇ ਹਫਤੇ ਮਨਾਉਣੇ ਪੈ ਰਹੇ ਨੇ ਉਹ ਪੰਜਾਬ ਜਿਹੜਾ ਖੇਡਾਂ ਦੇ ਵਿੱਚ ਮਸ਼ਹੂਰ ਸੀ ਮੈਡਲ ਲਿਆਉਂਦੇ ਸੀ ਉਹ ਜਿਹੜਾ ਹਰੀ ਹਰੀ ਕ੍ਰਾਂਤੀ ਨਾਲ ਪੂਰੇ ਮੁਲਕ ਦਾ ਢਿੱਡ ਪਰਦਾ ਸੀ ਅੱਜ ਉਹ ਪੰਜਾਬ ਈਕਿਆਂ ਦੀ ਕ੍ਰਾਂਤੀ ਦੇ ਵਿੱਚ ਅੱਜ ਸਿਰਿੰਜਾਂ ਜਿਹੜੀਆਂ ਉਹ ਉਹਨਾਂ ਦੀਆਂ ਬਾਹਾਂ ਦੇ ਵਿੱਚ ਗੱਡੀਆਂ ਪਈਆਂ ਨੇ ਦੁੱਖ ਦੀ ਦੁੱਖ ਦੀ ਗੱਲ ਹੈ ਤੇ ਪਰ ਮੈਂ ਇਹ ਵੀ ਕਹਿਣਾ ਚਾਹੁੰਗਾ ਤੁਹਾਡੇ ਜ਼ਰੀਏ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਸ਼ਾ ਨਹੀਂ ਪਹੁੰਚਿਆ ਉਹ ਇਸ ਗੱਲ ਦਾ ਸ਼ੁਕਰ ਨਮਾਉਣ ਕੇ ਚਲੋ ਆਪਾਂ ਕੀ ਲੈਣਾ ਇਹ ਕਿਸੇ ਹੋਰ ਦੇ ਮੁੰਡੇ ਮਾਰ ਰਹੇ ਨੇ ਆਪਾਂ ਕੀ ਲੈਣਾ ਇਹ ਅੱਗ ਕਦੇ ਵੀ ਉਹਨਾਂ ਦੇ ਘਰੇ ਪਹੁੰਚ ਸਕਦੀ ਹੈ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਬੱਜੀ ਜੇ ਤੇਰੇ ਕਲੇਜੇ ਅਜੇ ਸ਼ੂਰੀ ਨਹੀਂ ਹੈ ਇਹ ਨਾ ਸਮਝੀ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੈ ਜੇ ਅੱਗ ਕਿਸੇ ਹੋਰ ਦੇ ਲੱਗੀ ਹੋਈ ਹੈ ਕਿਰਪਾ ਕਰਕੇ ਉਸ ਨੂੰ ਬਗਾਨੀ ਅੱਗ ਨਾ ਸਮਝ ਕੇ ਪਾਣੀ ਦੀ ਬਾਲਟੀ ਲੈ ਕੇ ਬੁਝਾ ਲਓ ਨਹੀਂ ਉਹ ਉਹ ਅੱਗ ਆਪਣੇ ਘਰਾਂ ਚ ਆਊਗੀ ਅੱਜ ਪ੍ਰੋਟੈਸਟ ਖਤਮ ਕਰ ਦਿੱਤਾ ਗਿਆ ਭਰੋਸਾ ਦਿੱਤਾ ਕਿ ਕੱਲ ਮੁਲਾਕਾਤ ਆ ਮੁਲਾਕਾਤ ਦੇ ਵਿੱਚ ਕੀ ਮੁੱਦੇ ਚੱਕੇ ਜੋ ਅੱਜ ਅਸੀਂ ਬੋਲੇ ਆ ਸਾਹਮਣੇ ਸਾਰਾ ਕੁਝ ਦੱਸਾਂਗੇ ਕਿ ਗਰਾਊਂਡ ਰਿਐਲਿਟੀ ਆ ਨੇ ਸ਼ਾਇਦ ਕੈਪਟਨ ਸਾਹਿਬ ਨੂੰ ਉਹਨਾਂ ਦੇ ਅਫਸਰ ਜਿਹੜੇ ਨੇ ਨਾਂ ਦੱਸਦੇ ਹੋਣ ਕਿਉਂਕਿ ਘੇਰਾ ਵਾਲੇ ਦwale ਥੋੜਾ ਸਖਤ ਹੈ ਸ਼ਾਇਦ ਉਹ ਹੀ ਗੱਲਾਂ ਦੱਸਦੇ ਹੋਣ ਕੈਪਟਨ ਸਾਹਿਬ ਨੂੰ ਜਿਹੜੇ ਕੈਪਟਨ ਸਾਹਿ ਅਸੀਂ ਉਹਨਾਂ ਨੂੰ ਥੋੜਾ ਜਿਹਾ ਗਰਾਉਂਡ ਰਿਐਲਿਟੀयां ਦੱਸ ਕੇ ਆਵਾਂਗੇ ਕਿ ਆਹ ਹਾਲ ਹੈ ਲੋਕਾਂ ਦਾ ਅਸੀਂ ਬਕਾਇਦਾ ਡਾਟਾ ਲੈ ਕੇ ਜਾਵਾਂਗੇ ਅੱਜ ਰੀਸੈਂਟਲੀ ਪਿਛਲੇ ਜੂਨ ਮਹੀਨੇ ਦੇ ਦੇਖ ਲਓ ਉਹੀ ਬਹੁਤ ਹੈ ਪੁਰਾਣਾ ਤਾਂ ਚਲੋ ਬਾਅਦ ਦੀ ਗੱਲ ਹੈ ਪਿਛਲੇ ਜੂਨ ਮਹੀਨੇ ਦੇ ਦੇਖ ਲਓ ਕਿ ਕੀ ਹਾਲਤ ਹੋਈ ਹੈ ਮਾਮਾ ਦੇ ਵਹਿਣ ਭੈਣਾਂ ਦੇ ਪੈਣਾ ਦੇ ਵਹਿਣ ਚਿੱਟੀਆਂ ਚੁੰਨੀਆਂ ਹੋ ਗਈਆਂ ਚਿੱਟੇ ਸਾਥਰ ਵਿਛ ਗਏ ਸਾਰਾ ਕਾਪਟਨ ਸਾਹਿਬ ਦੱਸਾਂਗੇ ਸਰਕਾਰ ਤੇ ਪ੍ਰਸ਼ਾਸਨ ਕਿਤਨਾ ਕਿਤੇ ਫੇਲ ਨਜ਼ਰ ਆ ਰਿਹਾ ਆਮ ਲੋਕਾਂ ਨੂੰ ਕੀ ਸਨੇਹਾ ਦੇਣਾ ਮੈਂ ਇਹੀ ਕਹਿਣਾ ਚਾਹੁੰਗਾ ਕਿ ਤੁਸੀਂ ਉੱਠੋ ਜਦੋਂ ਲੋਕ ਉੱਠ ਖੜਦੇ ਨੇ ਗਦਾਫੀ ਵਰਗੇ ਨੂੰ ਭੱਜਣਾ ਪੈਂਦਾ ਜਦੋਂ ਲੋਕ ਉੱਠ ਖੜਦੇ ਨੇ ਵੱਡੇ ਵੱਡੇ ਤਖਤ ਹਿੱਲ ਜਾਂਦੇ ਨੇ ਸੋ ਪਬਲਿਕ ਦਾ ਜਿਹੜਾ ਪ੍ਰੈਸ਼ਰ ਹੈ ਉਹ ਬਹੁਤ ਵੱਡਾ ਹੈ ਆ ਵੀ ਹੁਣ ਪਬਲਿਕ ਪ੍ਰੈਸ਼ਰ ਕਰਕੇ ਹੋ ਰਿਹਾ ਜਿਹੜਾ ਸਾਰਾ ਕੁਝ ਹੋ ਰਿਹਾ ਸੋ ਮਰੋ ਜਾਂ ਵਿਰੋਧ ਕਰੋ ਦਾ ਨਾਰਾ ਮਰ ਤਾਂ ਰਹੀਆਂ ਵਿਰੋਧ ਕਰੋ ਜੇ ਵਿਰੋਧ ਕਰੋਗੇ ਸਰਕਾਰਾਂ ਦੇ ਕੰਨ ਖੁੱਲ ਜਾਣਗੇ ਮੈਨੂੰ ਉਮੀਦ ਹੈ ਪਾਰਟੀ ਪੱਧਰ ਤੋਂ ਜਾਤ ਪਾਤ ਤੋਂ ਉੱਪਰ ਉੱਠ ਕੇ ਲੋਕ ਇਸ ਗੱਲ ਪ੍ਰਤੀ ਉੱਠਣਗੇ ਤੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦੀ ਲੜਾਈ ਨੂੰ ਅਸੀਂ ਜਿੱਤਾਂਗੇ ਇੱਕ ਹਫ਼ਤਾ ਮਨਾਇਆ ਜਾ ਰਿਹਾ ਕਾਲਾ ਹਫ਼ਤਾ ਮਨਾਇਆ ਜਾ ਰਿਹਾ ਤੁਹਾਨੂੰ ਲੱਗਦਾ ਕਿ ਮਹੀਨਾ ਮਨਾਉਣਾ ਚਾਹੀਦਾ ਸਾਲ ਮਨਾਉਣਾ ਚਾਹੀਦਾ ਜਿਨ੍ਹਾਂ ਚ ਕਰਨਾ ਚਾਹੀਦਾ ਹੈ ਇਹ ਸਿੰਬੋਲਿਕ ਹੈ ਇੱਕ ਗੱਲ ਹੈ ਜਿਵੇਂ ਅੰਨਾ ਹਜਾਰੇ ਜੀ ਹਫ਼ਤਾ 10 ਦਿਨ ਹੀ ਬੈਠੇ ਸੀ ਪਰ ਇੱਕ ਸਿੰਬੋਲਿਕ ਸੀ ਕਿ ਕ腐ਸ਼ਨ ਦੇ ਖਿਲਾਫ ਲੋਕ ਉੱਠ ਖੜੇ ਸੋ ਇਸ ਕਰਕੇ ਇਹ ਤਾਂ ਇੱਕ ਚਿੰਨ੍ਹ ਹੈ ਇਹ ਤਾਂ ਇੱਕ ਰਣਵੇ ਹੈ ਇੱਥੋਂ ਇੱਥੋਂ ਚਿੰਗਾਂ ਲੈ ਕੇ ਮੋਮਬਤੀਆਂ ਹੋਰ ਜਗਣਗੀਆਂ ਮੈਨੂੰ ਉਮੀਦ ਹੈ ਕਿ ਪੰਜਾਬ ਦੁਬਾਰੇ ਉਹੀ ਗਲੋਰੀ ਆਪਣੀ ਵਾਪਸ ਲੈ ਕੇ ਆਊਗਾ ਸੋ ਇਹ ਸਨ ਐਮਪੀ ਭਗਵੰਤ ਮਾਨ ਜਿਨ੍ਹਾਂ ਨੇ ਅੱਜ ਦੱਸਿਆ ਕਿ ਇਹਨਾਂ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ ਤੇ ਇਸੇ ਤਰ੍ਹਾਂ ਸਰਕਾਰ ਦੇ ਖਿਲਾਫ ਜਿਨ੍ਹਾਂ ਚਿਰ ਸਰਕਾਰ ਆਪਣੇ ਵਾਦੇ ਨਹੀਂ ਪੂਰੇ ਕਰਦੀ ਵਫਾ ਨਹੀਂ ਕਰਦੀ ਨਸ਼ਾ ਖਤਮ ਕਰਨ ਦੇ ਉਹਨਾਂ ਚਿਰ ਲਗਾਤਾਰ ਸੰਘਰਸ਼ ਜਾਰੀ ਰਹੇਗਾ ਅਮਨ ਰੋੜਾ ਸਾਡੇ ਨਾਲ ਮੌਜੂਦ ਨੇ ਸਰ ਇਸ ਮਕਸਦ ਦੇ ਨਾਲ ਅੱਜ ਤੱਕ ਨਾ ਦਿੱਤਾ ਗਿਆ ਕੀ ਆਵਾਜ਼ ਉਠਾਈ ਗਈ ਅੱਜ ਤੁਹਾਡੇ ਦੇ ਕੋ ਪਿਛਲੇ 1 ਮਹੀਨੇ ਦੇ ਦੌਰਾਨ ਤਕਰੀਬਨ 27-28 ਨੌਜਵਾਨ ਮੌਤਾਂ ਰੂੜੀਆਂ ਘਹਾੜਿਆਂ ਦੇ ਉੱਪਰ ਫੋਟੋਆਂ ਦੇਖਦੇ ਰਹੇ ਆ ਸੋਸ਼ਲ ਮੀਡੀਆ ਦੇ ਉੱਪਰ ਉਹ ਰੂੜੀਆਂ ਨੇ ਪੰਜਾਬ ਦੀਆਂ ਜਵਾਨੀਆਂ ਓਵਰਡੋਜ਼ ਦੇ ਚੱਕਰ ਦੇ ਵਿੱਚ ਔਰ ਇਹ ਉਹ ਨੇ ਜਿਹੜੀਆਂ ਰਿਪੋਰਟ ਹੋਈਆਂ ਨੇ ਅਨਰਿਪੋਰਟਡ ਸ਼ਾਇਦ ਪਤਾ ਨਹੀਂ ਕਿੰਨੀਆਂ ਅਚਲੀਗੀਆਂ ਸਿਰਫ ਔਰ ਸਿਰਫ ਉਹੀ ਆਵਾਜ਼ ਲੈ ਕੇ ਪੰਜਾਬ ਦਾ ਸਾਡੀਆਂ ਮਾਵਾਂ ਦਾ ਧੀਆਂ ਦਾ ਭੈਣਾਂ ਦਾ ਬੱਚਿਆਂ ਦਾ ਦਰਦ ਲੈ ਕੇ ਅਸੀਂ ਸੁੱਤੇ ਪਏ ਕੈਪਟਨ ਮਰਿੰਦਰ ਸਿੰਘ ਸਰਕਾਰ ਕੋਲ ਚੱਲੇ ਸੀਗੇ ਪਰ ਇਹਨਾਂ ਨੂੰ ਪਤਾ ਨਹੀਂ ਸੱਚਾਈ ਸੁਣਨ ਤੋਂ ਇਹਨਾਂ ਡਰ ਕਿਉਂ ਲੱਗਦਾ ਸਾਨੂੰ ਐਮਐਲਏ ਹਸਪਤਲ ਦੇ ਵਿੱਚ ਇੱਕ ਤਰੀਕੇ ਨਾਲ ਹਾਊਸ ਅਰੈਸਟ ਕਰ ਲਿਆ ਗਿਆ ਰੋਕ ਲਿਆ ਗਿਆ ਅਸੀਂ ਸਿਰਫ ਔਰ ਸਿਰਫ ਇਹ ਚਾਹੁੰਦੇ ਆ ਕਿ ਚਾਹੇ ਕੋਈ ਸਿਪਾਹੀ ਹੈ ਚਾਹੇ ਡੀਜੀਪੀ ਹੈ ਚਾਹੇ ਕੋਈ ਲੀਡਰ ਹੈ ਉਹਦੀ ਜਾਂਚ ਹੈ ਜਿਹੜੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਾਂਚ ਹੈ ਜਿਹੜੀ ਉਹ ਹਾਈ ਕੋਰਟ ਮਾਨਿਟਰਡ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਹੋ ਸਕੇ ਪੰਜਾਬ ਦੀ ਜਵਾਨੀ ਦੇ ਦੋਖੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਮੁੱਖ ਮੰਤਰੀ ਕੈਪਟਨ ਨਮਰਿੰਦਰ ਸਿੰਘ ਕਹਿੰਦੇ ਅਸੀਂ 18000 ਕੇਸ ਦਰਜ ਕਰ ਲਏ ਇਸ ਤੋਂ ਇਲਾਵਾ ਜਿਹੜਾ ਨਸ਼ਾ ਆ ਉਹ ਪਿੱਛੋਂ ਰੋਕ ਦਿੱਤਾ ਗਿਆ ਇਸ ਕਰਕੇ ਨੌਜਵਾਨ ਗਲਤ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਇਸ ਕਰਕੇ ਉਹਨਾਂ ਦੀ ਮੌਤ ਹੋ ਰਹੀ ਇਦਾਂ ਦੇ ਬਿਆਨ ਨੂੰ ਕਿਦਾਂ ਦੇ ਤੇ ਇਹ ਜ਼ਿੰਮੇਵਾਰੀ ਕਿਹਦੀ ਬਣਦੀ ਸੀਗੀ ਕੈਪਟਨ ਨਮਰਿੰਦਰ ਸਿੰਘ ਨੇ ਕਿਹਾ ਕਿ 4 ਹਫ਼ਤੇ ਚ ਮੈਂ ਨਸ਼ਾ ਖਤਮ ਕਰ ਦੂੰਗਾ ਅੱਜ ਉਹ ਕਹਿੰਦੇ ਨੇ ਕੱਟ ਨਵਾਂ ਨਸ਼ਾ ਆ ਗਿਆ ਜੀ ਫਲਾਣਾ ਨਸ਼ਾ ਤੋਂ ਨਵਾਂ ਆ ਗਿਆ ਜੀ ਇਹਦਾ ਕਿ ਪਿਛਲਾ ਤਾਂ ਪਤਾ ਪਹਿਲਾ ਵਾਲਾ ਤਾਂ ਪਤਾ ਨਹੀਂ ਚਿੱਟਾ ਰੁਕਿਆ ਪਤਾ ਨਹੀਂ ਨਹੀਂ ਰੁਕਿਆ ਨਵੇਂ ਨਸ਼ੇ ਤਾਂ ਖੁਦ ਆਪ ਆ ਗਏ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਸਾਲ-ਸਾਵਾ ਸਾਲ ਦੇ ਸਮੇਂ ਦੌਰਾਨ ਆ ਗਏ ਨੇ ਤੇ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਕੈਪਟਨ ਅਵਰੇਂਦਰ ਸਿੰਘ ਸੋ ਕੈਪਟਨ ਸਾਹਿਬ ਇਹ ਜਿਹੇ ਆਨੇ ਬਹਾਨੇ ਲਗਾਉਣ ਦੀ ਲੋੜ ਨਹੀਂ ਹੈ ਕਿ ਪੰਜਾਬ ਦੀ ਜਵਾਨੀ ਨੂੰ ਕਿਵੇਂ ਬਚਾਉਣਾ ਹੈ ਇਹਦਾ ਰੋਡ ਮੈਪ ਦੋ ਨਹੀਂ ਅਸੀਂ ਘਰ ਘਰ ਜਾ ਕੇ ਗਲੀਆਂ ਕੂਚਿਆਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਤੁਹਾਡਾ ਜਿਹੜਾ ਜਲੂਸ ਹੈ ਮੈਂ ਸਮਝਦਾ ਉਹ ਪੰਜਾਬ ਦੇ ਵਿੱਚ ਨਿਕਲਿਆ ਪਿਆ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਨਹੀਂ برداشت ਕਰੇਗੀ ਅੱਜ ਦਾ ਵਿਰੋਧ ਇੱਥੇ ਖਤਮ ਕਰ ਦਿੱਤਾ ਗਿਆ ਇਸ ਤੋਂ ਬਾਅਦ ਰਣਨੀਤੀ ਕੀ ਹੋਵੇਗੀ ਆਮ ਆਦਮੀ ਪਾਰਟੀ ਸਾਨੂੰ ਮਾਨ ਸਾਹਿਬ ਨੂੰ ਔਰ ਸੁਖਪਾਲ ਖਹਿਰਾ ਜੀ ਨੂੰ ਇੱਕ ਆਸਵਾਸ਼ਨ ਆਇਆ ਹੈ ਕਿ ਅਸੀਂ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਾਉਣ ਨੂੰ ਤਿਆਰ ਆ ਸਾਡਾ ਮਕਸਦ ਕੋਈ ਹੱਲਾ ਕਰੰਦਾ ਨਹੀਂ ਫੋਟੋ ਖਿਚਾਉਣ ਦਾ ਨਹੀਂ ਟੀਵੀ ਦੇ ਉੱਪਰ ਆਉਣ ਦਾ ਨਹੀਂ ਹੈਗਾ ਸਾਡਾ ਮਕਸਦ ਸਹੀ ਕੰਨਾਂ ਤੱਕ ਜਿਨ੍ਹਾਂ ਦੀ ਡਿਊਟੀ ਬਣਦੀ ਹੈ ਉਹਨਾਂ ਤੱਕ ਪੰਜਾਬ ਦਾ ਦਰਦ ਪਹੁੰਚਾਉਣਾ ਹੈ ਜੇ ਉਹ 올 ਪਾਰਟੀ ਮੀਟਿੰਗ ਰੱਖਦੇ ਨੇ ਜੇ ਉਹ ਸਪੈਸ਼ਲ ਸੈਸ਼ਨ ਰੱਖਦੇ ਨੇ ਇਹਦੇ ਉੱਪਰ ਜਿਹੜੀਆਂ ਅਸੀਂ ਮੰਗਾ ਕੀਤੀਆਂ ਨੇ ਜੇ ਉਹ ਰੱਖਦੇ ਨੇ ਤਾਂ ਵੀ ਆਰ ਹੈਪੀ ਵਿਦ ਥੈਟ ਐਂਡ ਅਸੀਂ ਉਹਦੇ ਲਈ ਪੰਜਾਬ ਦੇ ਲੋਕਾਂ ਦੀ ਜਿਹੜੀ ਗੱਲ ਹੈ ਉੱਥੇ ਤੱਕ ਪਹੁੰਚਾਵਾਂਗੇ ਏ ਡਿਊਟੀ ਬੰਦੀ ਸਾਡੀ ਅ ਤੁਸੀਂ ਕਿੱਦਾਂ ਦੇਖਦੇ ਆ ਵੀ ਇਹ ਲਗਾਤਾਰ ਸੰਘਰਸ਼ ਕਰਨੇ ਪੈ ਰਹੇ ਨੇ ਪ੍ਰੋਟੈਸਟ ਕਰ ਰਹੇ ਆ ਅ ਅੱਜ ਫੇਰ ਇੱਕ ਧਰਨਾ ਦਿੱਤਾ ਗਿਆ ਕਿੱਦਾਂ ਦੇਖਦੇ ਆ ਵੀ ਅਸਰ ਹੋਵੇਗਾ ਸਰਕਾਰ ਤੇ ਕਿ ਦੇਖੋ ਇੱਕ ਵੈਸੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਕਿ ਇੱਕ ਨਵੀਂ ਵੀਡੀਓ ਵੀ ਆ ਰਹੀ ਏ ਉਹ ਵੀ ਮੈਂ ਤੁਹਾਡੇ ਚੈਨਲ ਨੂੰ ਵੀ ਦਵਾਂਗਾ ਉਹ ਜਿਹੜਾ 4 ਹਫ਼ਤਿਆਂ ਦਾ ਵਾਅਦਾ ਹੈ ਨਾ ਉਸ ਤੋਂ ਵੀ ਇੱਕ ਕਦਮ ਅੱਗੇ ਦੀ ਵੀਡੀਓ ਹੈ ਜਿੱਥੇ ਕੈਪਟਨ ਸਾਹਿਬ ਇੱਕ ਹਾਲ 'ਚ ਖੜੇ ਹੋ ਕੇ ਕਹਿੰਦੇ ਆ ਕਿ 4 ਹਫਤੇ ਕੀ ਮੈਂ 10 ਦਿਨ ਮੈਨੂੰ ਉਹ ਸਪੈਸਿਫਿਕਲੀ ਕਹਿ ਰਹੇ ਆ ਕਿ ਸਾਰਾ ਪਤਾ ਕਿੱਥੋਂ ਨਸ਼ਾ ਆ ਰਿਹਾ ਕਿੱਥੇ ਜਾ ਰਿਹਾ ਕਹਿੰਦੇ 4 ਹਫਤੇ ਕੀ ਮੈਂ 10 ਦਿਨ ਦੇ ਵਿੱਚ ਬੰਦੇ ਅੰਦਰ ਕਰੂੰਗਾ ਇਹ ਵੀਡੀਓ ਹੈ ਇਹ ਮੈਂ ਤੁਹਾਡੇ ਚੈਨਲ ਨੂੰ ਵੀ ਭੇਜੂੰਗਾ ਤੇ ਜੇ ਉਹਨਾਂ ਨੂੰ ਇਲੈਕਸ਼ਨਾਂ ਤੋਂ ਪਹਿਲਾਂ ਦਾ ਪਤਾ ਸੀਗਾ ਕਿ ਕਿੱਥੋਂ ਨਸ਼ਾ ਆ ਰਿਹਾ ਕਿਹੜੇ ਬੰਦੇ ਨੇ ਤੇ 10 ਚਾਰ ਹਫਤੇ ਤਾਂ ਤੇ 10 ਦਿਨ ਦਾ ਟਾਈਮ ਦੇਤਾ ਤੇ ਅਜ ਤੱਕ ਜੇ ਐਕਸ਼ਨ ਨਹੀਂ ਲਿਆ ਗਿਆ ਤੁਹਾਨੂੰ ਲੱਗਦਾ ਕਿ ਐਕਸ਼ਨ ਹੋਏਗਾ ਐਦਾ ਮਤਲਬ ਤੇ ਇਹੀ ਹੈ ਨੇ ਕਿ ਜਿਹੜੀ ਫੰਡਿੰਗ ਜਿਹੜੀ ਜਿਹੜੇ ਪੈਸੇ ਪਹਿਲਾਂ ਕਿਸੇ ਹੋਰ ਦੀ ਕਿੱਟੀ ਚ ਜਾ ਰਹੇ ਸੀਗੇ ਉਹਨ ਕੀ ਰੂਲਿੰਗ ਸਰਕਾਰ ਦੀ ਜੇਬ ਚ ਜਾ ਰਹੇ ਹੈ ਜਿਹੜਾ ਕਿ ਹੁਣ ਐਕਸ਼ਨ ਲੈਣ ਤੋਂ ਏ ਘਬਰਾ ਰਹੇ ਸੋ ਮੈਨੂੰ ਲੱਗਦਾ ਨਹੀਂ ਕਿ ਇਹ ਕੋਈ ਐਕਸ਼ਨ ਨੇ ਇਹਨਾਂ ਦਾ ਕੋਈ ਉਮੀਦ ਮੈਨੂੰ ਘਟ ਹੈ ਅੱਜ ਸਿਰਫ ਨਸ਼ੇ ਦੇ ਮੁੱਦੇ ਤੇ ਹੀ ਵਿਰੋਧ ਕੀਤਾ ਗਿਆ ਜਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਵਿਰੋਧ ਕੀਤਾ ਗਿਆ ਆ ਮਾਦੀਪਾ ਅੱਜ ਮੇਨਲੀ ਜੀ ਨਸ਼ੇ ਦੇ ਉੱਪਰ ਸੀਗਾ ਪਿਛਲੇ 15 ਦਿਨਾਂ ਦੇ ਵਿੱਚ ਜੋ ਮੌਤਾਂ ਹੋਈਆਂ ਤੁਸੀਂ ਵੀ ਵੀਡੀਓਜ਼ ਦੇਖੀਆਂ ਕਿ ਕਿੰਨੀ ਦਰਦਨਾਕ ਵੀਡੀਓ ਸਾਹਮਣੇ ਆਈਆਂ ਕੀ ਬੱਚਾ ਨਾਲ ਇੱਕ ਡੈੱਡ ਬੋਡੀ ਆਪਣੇ ਫਾਦਰ ਦੀ ਉਹਨੂੰ ਪਤਾ ਨਹੀਂ ਕਿ ਉਹ 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 ਫੌਤ ਹੋ ਗਈ ਹੈ ਉਹ ਉਹ ਮਰ ਗਏ ਉਹਨਾਂ ਨਾਲ ਲੇਟ ਕੇ ਕਹਿ ਰਹੇ ਜੇ ਸਕੂਲ ਮੈਨੂੰ ਲੈ ਕੇ ਜਾਓ ਇੰਨੀ ਦਰਦਨਾਕ ਵੀਡੀਓਜ਼ ਦੀ ਬਜਾਏ ਮੈਂ ਦੇਖ ਰਿਹਾ ਕਿ ਕਾਂਗਰਸ ਦੀ ਸਰਕਾਰ ਸਾਹਮਣੇ ਆ ਕੇ ਇਹ ਕਹਿ ਰਹੀ ਹੈ ਕਿ ਜੀ ਇਹ ਨਵੇਂ ਟਾਈਪ ਦਾ ਨਸ਼ਾ ਆ ਗਿਆ ਕਿ ਕਿ ਇਹਨਾਂ ਕੋਲ ਇਹਨਾਂ ਕੋਲ ਸੈਂਕੜੇ ਆਈਐਸ ਨੇ ਆਈਪੀਐਸ ਨੇ ਪੁਲਿਸ ਹੈ ਕਿ ਇਹ ਇਹ ਇਸ ਗੱਲ ਨੂੰ ਸੋਚ ਨਹੀਂ ਸਕੇ ਕਿ ਜੇ ਇੱਕ ਨਸ਼ਾ ਰੋਕਨਗੇ ਤੇ ਦੂਜਾ ਨਸ਼ਾ ਆ ਜਾਏਗਾ ਪਹਿਲੀ ਗੱਲ ਤਾਂ ਕੋਈ ਨਸ਼ਾ ਨਹੀਂ ਰੁਕਿਆ ਹੁਣ ਸਗੋਂ ਨਵਾਂ ਨਸ਼ਾ ਆ ਗਿਆ ਇਸ ਤੋਂ ਪਤਾ ਲੱਗਦਾ ਕਿ ਇਹਨਾਂ ਦੀ ਅਪਰੋਚ ਪ੍ਰੈਗਮੈਟਿਕ ਹੀ ਨਹੀਂ ਹੈ ਇਹ ਅੱਗੇ ਤਾਂ ਸੋਚ ਹੀ ਨਹੀਂ ਪਾਰਦਰਸ਼ਤਾ ਨਹੀਂ ਇਹਨਾਂ ਦੇ ਸੋਚ ਦੇ ਵਿੱਚ ਤੇ ਤੁਸੀਂ ਕਿੱਦਾਂ ਦੇਖਦੇ ਹੋ ਆਮ ਆਦਮੀ ਪਾਰਟੀ ਅੱਜ ਵਿਰੋਧ ਕਰ ਰਹੀ ਹੈ ਵਿਰੋਧ ਖਤਮ ਕਰ ਦਿੱਤਾ ਗਿਆ ਕੈਪਟਨ ਸਰਕਾਰ ਦੇ ਹੱਲੇ ਵੀ ਕੋਈ ਵੀ ਕੰੰਤ ਜੂਨ ਨਹੀਂ ਸੜਕੀ ਤੁਸੀਂ ਕਿੱਦਾਂ ਦੇਦੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿੱਦਾਂ ਦੇਤੇ ਸਿੱਧੇ ਤੌਰ ਤੇ ਜੈਸੀ ਗੱਲ ਨਹੀਂ ਵਿਰੋਧ ਖਤਮ ਨਹੀਂ ਹੋਇਆ ਨਾ ਖਤਮ ਹੋਏਗਾ ਜਦ ਤੱਕ ਪੰਜਾਬ ਦਾ ਭਲਾ ਨਹੀਂ ਹੁੰਦਾ ਇਹ ਵਿਰੋਧ ਕਦ ਨਹੀਂ ਖਤਮ ਹੋਣ ਲੱਗਾ ਪਰ ਅੱਜ ਉਹਨਾਂ ਨੇ ਆ ਕੇ ਆਸ਼ਵਾਸਨ ਦਿੱਤਾ ਕਿ ਹਾਂਜੀ ਉਹ ਇੱਕ ਡੈਲੀਗੇਸ਼ਨ ਜਾ ਕੇ ਉਹਨਾਂ ਨੂੰ ਮਿਲੇਗਾ ਤੇ ਉਹ ਜਿਹੜਾ ਵਫਾ ਉਹਨਾਂ ਨੂੰ ਮਿਲੇਗਾ ਉਹ ਆਪਣੀ ਰਿਪਰੈਜ਼ੈਂਟੇਸ਼ਨ ਦੇਵੇਗਾ ਤੇ ਹੁਣ ਇੱਕ ਮੌਕਾ ਹੋਰ ਤਾਂ ਦੇਣਾ ਬੰਦਾ ਹੀ ਹੈ ਆਪੋਜੀਸ਼ਨ ਦਾ ਜੋ ਸਾਨੂੰ ਰੋਲ ਦਿੱਤਾ ਗਿਆ ਉਹ ਅਸੀਂ ਨਿਭਾ ਰਹੇ ਹਾਂ ਜਿਸ ਦਿਨ ਜਿਸ ਦਿਨ ਜਨਤਾ ਸਾਨੂੰ ਰੂਲਿੰਗ ਪਾਰਟੀ ਤਾਂ ਬਣਾਏਗੀ ਉਸ ਦਿਨ ਉਸ ਦਿਨ ਅਸੀਂ ਉਹ ਉਹ ਵੀ ਨਿਭਾਵਾਂਗੇ ਬਟ ਅਸੀਂ ਰਿਪਰੈਜ਼ੈਂਟੇਸ਼ਨ ਦੇ ਵਿੱਚ ਬਕਾਇਦਾ ਇਹ ਵੀ ਲਿਖਿਆ ਹੈ ਕਿ ਜੇ ਸਾਡੇ ਵੱਲੋਂ ਕੋਈ ਲੋੜ ਹੈ ਕੋਈ ਲੋੜ ਤੇ ਅਸੀਂ ਨਾਲ ਖੜੇ ਆ ਅਸੀਂ ਬਿਲਕੁਲ ਇਹ ਨਹੀਂ ਸੋਚਾਂਗੇ ਕਿ ਅਸੀਂ ਆਪੋਜੀਸ਼ਨ ਪਾਰਟੀ ਆ ਜਾਂ ਰੂਲਿੰਗ ਦੀ ਹੈਲਪ ਕਰ ਰਹੇ ਆ ਅਸੀਂ ਸਿਰ ਪੰਜਾਬ ਦੀ ਹੈਲਪ ਕਰ ਰਹੇ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਅੰਦਰੂਨੀ ਖੁੰਦਕ ਦੇਖਣ ਨੂੰ ਮਿਲੀ ਸੀ ਤੇ ਹੁਣ ਲੱਗਦਾ ਕਿ ਨਸ਼ੀਦ ਮੁੱਦੇ ਤੇ ਦੁਬਾਰਾ ਇਕੱਠੀ ਹੋ ਰਹੀ ਆ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਆਧਾਰ ਬਣਾ ਕੇ 2019 ਦੀਆਂ ਚੋਣਾਂ ਦੇ ਵਿੱਚ ਵੀ ਅੱਗੇ ਆਮ ਆਦਮੀ ਪਾਰਟੀ ਵਧੇ ਦੇਖੋ ਜੋ ਵੀ ਇੱਦਾਂ ਮੀਡੀਆ ਚ ਹਾਈਪ ਕ੍ਰੀਏਟ ਕੀਤੀ ਗਈ ਉਹ ਮੈਨੂੰ ਨਹੀਂ ਲੱਗਦਾ ਕਿਸੇ ਪਾਸੇੋਂ ਜਸਟੀਫਾਈਡ ਸੀਗੀ ਦੇਖੋ ਭਾਵੇਂ ਸੁਖਪਾਲ ਖਹਿਰਾ ਜੀ ਨੇ ਭਾਵੇਂ ਡਾਕਟਰ ਬਲਬੀਰ ਨੇ ਇੱਕ ਤੇ ਇੱਕ 11 ਨੇ ਤੁਸੀਂ ਜਦ ਵੀ ਕਿਸੇ ਮੁੱਦੇ ਵਾਸਤੇ ਖੜੇ ਹੋਏ ਦੇਖੋਗੇ ਇਹ ਸਾਰੇ ਇਕੱਠੇ ਖੜੇ ਹੋਣਗੇ ਕਦੇ ਅਲੱਗ ਨਹੀਂ ਹੋਣਗੇ ਬੜਾ ਮੀਡੀਆ ਵੀ ਗੱਲਬਾਤ ਚੱਕ ਰਿਆ ਜੀ ਕੀ ਨਾਮ ਜੀ ਤੁਹਾਡਾ ਜਰਨੈਲ ਸਿੰਘ ਆ ਜੀ ਜਰਨੈਲ ਜੀ ਕਿਦਾਂ ਦੇਖਦੇ ਆਜ ਦੇ ਧਰਨੇ ਨੂੰ ਅੱਜ ਦਾ ਧਰਨਾ ਠੀਕ ਆ ਜੀ ਹਾਂ ਕਿਦਾਂ ਦੇਖਦੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਇਹ ਕਾਰ ਹੈ ਜੀ ਜਿਵੇਂ ਫੇਲ ਆ ਜੀ ਪੰਜਾਬ ਦੇ ਵਿੱਚ ਨਸ਼ਾ ਵੱਧ ਰਿਹਾ ਕਿਹਨੂੰ ਜ਼ਿੰਮੇਵਾਰੀ ਸੰਭਾਲ ਬਹੁਤ ਨਸ਼ਾ ਵਿਕ ਰਿਹਾ ਜੀ ਨਾਲ ਪੁਲਿਸ ਵੀ ਬਗੈਰੀ ਆ ਜੀ ਸਾਡੇ ਮੁਤਾਬਕ ਨਾਲ ਵਧਕਾਰੀ ਹੈ ਜੇ ਕੈਪਟਨ ਸਰਕਾਰ ਨੇ ਵਾਦਾ ਕੀਤਾ ਸੀ 4 ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰਾਉਂ ਖਾਦੀ ਦੀ ਦਾ ਬਿਲਕੁਲ ਝੂਠੀ ਦੀ ਬੋਟਾ ਲੈਣ ਵਾਸਤੇ ਜੀ ਤਾਂ ਬੇਕਾਰ ਹੈ ਸੌ ਤਾਂ ਕੀ ਨਾਮ ਜੀ ਤੁਹਾਡਾ ਚਮਨ ਲਾਲ ਚਮਨ ਲਾਲ ਜੀ ਕਿਦਾਂ ਦੇਖਦੇ ਹੋ ਅੱਜ ਫੇਰ ਵਿਰੋਧ ਕਰਨਾ ਪਿਆ ਆਮ ਆਦਮੀ ਪਾਰਟੀ ਨੂੰ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਦਾਂ ਦੀ ਕਾਰਗੁਜ਼ਾਰੀ ਇਸ ਤਰ੍ਹਾਂ ਕਿ ਜਿਵੇਂ ਉਹਨਾਂ ਨੇ ਆਸ਼ਵਾਸਨ ਦਿੱਤਾ ਅੱਜ ਕਿ ਕੱਲ ਦਾ ਇੱਕ ਸਾਡਾ ਡੈਲੀਗੇਟ ਜਿਹੜਾ ਉਹ ਜਾਏਗਾ ਮਿਲਣ ਵਾਸਤੇ ਤੇ ਉਹ ਦੇਖਾਂਗੇ ਕੀ ਸਰਕਾਰ ਦਾ ਰੋਖਿਆ ਸਾਡੇ ਲੀਡਰ ਜੋ ਡੈਲੀਗੇਟ ਜਾਏਗਾ ਉਹ ਦੇਖੇਗਾ ਵੈਸੇ ਤਾਂ ਅਸੀਂ ਕਾਲਾ ਹਫਤਾ ਜਿਹੜਾ ਉਹ ਮਨਾ ਹੀ ਰਹੇ ਆ ਪਬਲਿਕ ਨੂੰ ਸੁਚੇਤ ਕਰ ਰਹੇ ਆ ਤੋਂ ਪਬਲਿਕ ਦਾ ਸਾਥ ਲੈ ਰਹੇ ਆ ਔਰ ਪਬਲਿਕ ਦੀ ਜਿੱਥੇ ਹੈਲਪ ਆ ਸਾਡੇ ਜਿਹੜੇ ਸਾਥੋਂ ਤੇ ਹੈਲਪ ਵੀ ਕਰ ਰਹੇ ਗੁਲਾਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕਾਲਾ ਹਫਤਾ ਐਸੇ ਤਰ੍ਹਾਂ ਮਨਾਵਾਂਗੇ ਤੇ ਜਿੰਨਾ ਚਿਰ ਸਰਕਾਰ ਇਸ ਮੁੱਦੇ ਨੂੰ ਲੈ ਕੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਸੁਚੇਤ ਨਹੀਂ ਹੁੰਦੀ ਐਕਸ਼ਨ ਨਹੀਂ ਲੈਂਦੀ ਉਹਨਾਂ ਚਿਰ ਵਿਰੋਧ ਲਗਾਤਾਰ ਚੱਲਦਾ ਰਹੇਗਾ ਅ ਅੱਜ ਦੇ ਦਰਨੇ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ ਬਸ ਇਹ ਸਿਰਫ ਕੁਝ ਤਸਵੀਰਾਂ ਦੇ ਲਈ ਰਹਿ ਜਾਏਗਾ ਜਾਂ ਫਿਰ ਅੱਜ ਇਹ ਵਿਰੋਧ ਲਗਾਤਾਰ ਜਾਰੀ ਰਹੇਗਾ ਨਹੀਂ ਦੇਖੋ ਜਿਹੜਾ ਨਸ਼ੇ ਦੇ ਜੋ ਪਿਛਲੇ ਦਿਨੀ ਅਸੀਂ ਦੇਖਿਆ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨ ਜਿਹੜੇ ਡਰੱਗਸ ਦੇ ਨਾਲ ਜਿਹੜਾ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਸੋ ਉਸ ਮਸਲੇ ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਆਮ ਲੋਕ ਨਿਕਲ ਕੇ ਸਾਹਮਣੇ ਆਏ ਨੇ ਸੋ ਉੱਥੇ ਸਾਡਾ ਵੀ ਫਰਜ਼ ਬਣਦਾ ਸੀ ਕਿ ਅਸੀਂ ਜਿਹੜੀ ਮੁੱਖ ਰਾਜ ਨੇ ਵਿਰੋਧੀ ਧਿਰ ਦੇ ਤੌਰ ਤੇ ਅਸੀਂ ਜਿਹੜਾ ਹੈਗਾ ਰਾਜਨੀਤੀ ਦੇ ਵਿੱਚ ਹੈਗਾ ਸੋ ਉਸ ਮਸਲੇ ਨੂੰ ਲੈ ਕੇ ਅਸੀਂ ਕਿਉਂਕਿ ਕੈਪਟਨ ਸਾਹਿਬ ਬਿਲਕੁਲ ਸੁੱਤੇ ਪਏ ਨੇ ਔਰ ਕੁਝ ਲੜਕੀਆਂ ਵੀ ਸਾਹਮਣੇ ਆਈਆਂ ਨੇ ਜੋ ਨਸ਼ੇ ਦਾ ਸ਼ਿਕਾਰ ਹੋਈਆਂ ਨੇਗੀਆਂ ਸੋ ਉਹਨਾਂ ਨੇ ਅਬ ਕਾਇਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਪੁਲਿਸ ਦੀ ਮਿਲੀ ਭੁਗਤੇ ਦੇ ਨਾਲ ਇੱਕ ਡੀਐਸਪੀ ਨੇ ਉਹਨਾਂ ਨੂੰ ਜਿਹੜਾ ਨਸ਼ੇ ਤੇ ਲਾਇਆ ਇਸ ਤਰ੍ਹਾਂ ਮਤਲਬ ਪੁਲਿਸ ਆ ਜਿਹੜੀ ਉਹ ਗਵਰਨਮੈਂਟ ਦੇ ਅੰਡਰ ਆ ਸੋ ਅਸੀਂ ਸਰਕਾਰ ਕੋਲੇ ਜਿਹੜਾ ਹੈਗਾ ਮੁੱਖ ਮੰਤਰੀ ਕੈਪਟਨ ਸਿੰਘ ਅਮਰਿੰਦਰ ਤੱਕ ਇਹ ਆਵਾਜ਼ ਪਹੁੰਚਾਉਣ ਆਏ ਸੀ ਕਿ ਵੀ ਤੁਸੀਂ ਨੀਚੇ ਆਓ ਹਾਲਾਤ ਦੇਖੋ ਤੇ ਜਿਹੜਾ ਹੈਗਾ ਕਿ ਲੋਕਾਂ ਦਾ ਬਹੁਤ ਬੁਰਾ ਹਾਲ ਔਰ ਤੁਸੀਂ ਕਸਮ ਵੀ ਖਾਦੀ ਸੀ ਚੋਣਾਂ ਤੋਂ ਪਹਿਲਾਂ ਕਿ 4 ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਕਰ ਦਿੱਤਾ ਜਾਵੇਗਾ ਕਿਦਾਂ ਦੇਖਦੇ ਹੋ ਕੈਪਟਨ ਸਰਕਾਰ ਦੇ ਵਾਦੇ ਪੂਰੇ ਨਹੀਂ ਹੋ ਰਹੇ ਤੁਹਾਡੇ ਮੁਤਾਬਕ ਹੁਣ ਅੱਜ ਵਿਰੋਧ ਸੜਕਾਂ ਦੇ ਉੱਤੇ ਸਾਰੇ ਐਮਐਲਏ ਵੀ ਤੁਹਾਡੇ ਪਹੁੰਚੇ ਹੋਏ ਨੇ ਕਿਦਾਂ ਦਾ ਵਿਰੋਧ ਦੇਖਦੇ ਹੋ ਕਿਦਾਂ ਅੱਗੇ ਤਿਆਰੀ ਕਰੋਗੇ ਪੰਜਾਬ ਸਰਕਾਰ ਦੀ ਅਸੀਂ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਇਹਦਾ ਮਕਸਦ ਕੋਈ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਕਿਉਂਕਿ ਫੋਟੋਆਂ ਖਿਚਵਾਉਣਾ ਨਹੀਂ ਹੈਗਾ ਸਾਡਾ ਮਕਸਦ ਇਹ ਹੈਗਾ ਕਿ ਵੀ ਅਸੀਂ ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਡਿਮਾਂਡ ਕਰਦੇ ਆ ਕਿ ਜਿਹੜਾ ਡਰੱਗ ਹੈਗਾ ਨਸ਼ਾ ਹੈਗਾ ਜਿਹੜਾ ਔਰ ਕਿਸਾਨੀ ਕਰਜ਼ਾ ਹੈਗਾ ਜਿਹੜਾ ਇਸੇ ਤਰ੍ਹਾਂ ਦਲਿਤਾਂ ਦੀ ਜੋ ਹਾਲਤ ਆ ਗਈ ਸੋ ਇਹ ਬਹੁਤ ਸੰਜੀਦਾ ਮਸਲੇ ਨੇ ਸੋ ਇਹਨਾਂ ਦੇ ਤੇ ਗੰਭੀਰ ਜਿਹੜੀ ਡਿਸਕਸ ਹੋਣੀ ਚਾਹੀਦੀ ਆ ਵਿਚਾਰ ਚਰਚਾ ਹੋਣੀ ਚਾਹੀਦੀ ਆ ਔਰ ਇਹਦੇ ਲਈ ਸਪੈਸ਼ਲ ਸੈਸ਼ਨ ਆ ਜਿਹੜਾ ਉਹ ਰੱਖਿਆ ਰੱਖਣਾ ਚਾਹੀਦਾ ਤਾਂ ਕਿ ਇਹਦੇ ਤੇ ਗੰਭੀਰ ਮਸਲਿਆਂ ਤੇ ਜਿਹੜਾ ਰੈ ਲੈ ਕੇ ਕੋਈ ਜਿਹੜਾ ਸਾਰਥਕ ਜਿਹੜਾ ਹੱਲ ਜਿਹੜਾ ਉਹ ਕੱਢਿਆ ਜਾ ਸਕੇ ਸੋ ਇਸੇ ਮਕਸਦ ਦੇ ਨਾਲ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਅੱਜ ਇੱਥੇ ਜਿਹੜਾ ਪ੍ਰੋਟੈਸਟ ਆ ਜਿਹੜਾ ਉਹ ਕਰ ਰਹੇ ਆਂਗੇ ਸੰਦੂਰ ਸਾਹਿਬ ਕਿੱਦਾਂ ਦੇਖਦੇ ਹੋ ਖੁਸ਼ਹਾਲ ਪੰਜਾਬ ਸੂਬਾ ਜਿਸ ਨੂੰ ਕਾਲਾ ਹਫਤਾ ਮਨਾਉਣਾ ਪੈ ਰਿਹਾ 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਕਾਲਾ ਹਫਤਾ ਮਨਾਇਆ ਜਾ ਰਿਹਾ ਕਿੱਦਾਂ ਦੇਖਦੇ ਸਰ ਦੇਖੋ ਸਾਡੇ ਪੰਜਾਬ ਵਿੱਚ ਬੱਚੇ ਬੱਚੇ ਨੂੰ ਪਤਾ ਕਿ ਨਸ਼ੇ ਦਾ ਵਪਾਰ ਹੋ ਰਿਹਾ ਹੈ ਸਾਡੀ ਨੌਜਵਾਨੀ ਨਸ਼ੇ ਨਾਲ ਖੋਰ ਚੁੱਕੀ ਹੈ ਬਹੁਤ ਸਾਡੇ ਨੌਜਵਾਨਾਂ ਦੀ ਡੈਥ ਹੋ ਚੁੱਕੀ ਹੈ ਨਸ਼ੇ ਨਾਲ ਡਰੱਗਸ ਦੇ ਨਾਲ ਇਸ ਕਰਕੇ ਕੈਪਟਨ ਸਾਹਿਬ ਨੇ ਸੌਂ ਖਾਦੀ ਦੀ ਕਿ ਮੈਂ 4 ਹਫ਼ਤਿਆਂ ਵਿੱਚ ਨਸ਼ਾ ਬੰਦ ਕਰਾਂਗਾ ਇਹ ਨਸ਼ਾ ਬੰਦ ਨਹੀਂ ਹੋਇਆ ਇਸ ਕਰਕੇ ਅਸੀਂ ਉਹਨਾਂ ਨੂੰ ਜਗਾਣਾ ਚਾਹਦੇ ਹਾਂ ਕਿ ਜਾਗੋ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਉਹਨੂੰ ਰੋਕੋ ਤੁਹਾਡੇ ਪੁਲਿਸ ਅਫਸਰ ਉਸ ਨਸ਼ੇ ਦੇ ਟਾਸਕਰਾਂ ਵਿੱਚ ਟਾਸਕਰਾਂ ਨਾਲ ਜੁੜੇ ਹੋਏ ਐ ਐਸਐਸਪੀ ਸਾਹਿਬ ਦਾ ਨਾਮ ਆ ਰਿਹਾ ਐ ਐਸਐਚਓ ਦੇ ਨਾਮ ਆ ਰਹੇ ਐ ਤੁਸੀਂ ਕੁਛ ਨਾ ਕੁਛ ਤਾਂ ਕਰੋ ਲੋਕਾਂ ਨਾਲ ਸੌਂ ਖਾਧੀਆ ਲੋਕਾਂ ਨਾਲ ਵਾਅਦਾ ਕਰਿਆ ਤਾਂ ਕਿ ਅਸੀਂ ਨਸ਼ਾ ਖਤਮ ਕਰਾਂਗੇ ਪਰ ਨਸ਼ਾ ਖਤਮ ਨਹੀਂ ਹੁੰਦਾ ਐ ਅਕਾਲੀਆਂ ਦੀ ਸਰਕਾਰ ਨਾਲ ਤੋਂ ਵੀ ਜ਼ਿਆਦਾ ਨਸ਼ਾ ਵਧਦਾ ਜਾ ਰਿਹਾ ਪੰਜਾਬ ਦਾ ਇੱਕ ਪਾਸੇ ਤਾਂ ਸਰਕਾਰ ਦੇ ਖਿਲਾਫ ਵਿਰੋਧ ਹੋ ਰਹੇ ਨੇ ਤੇ ਦੂਜੇ ਪਾਸੇ ਨਾਲ ਹੀ ਤੁਹਾਡੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਜਾਂ ਆਗੂ ਨੇ ਜਿਹਦਾ ਥੋੜੇ ਤੇ ਹਮਲਾ ਹੋਇਆ ਇਦਾਂ ਦੇ ਹਮਲੇ ਹੋ ਰਹੇ ਨੇ ਕਿਦਾਂ ਦੇ ਦੇ ਇਸ ਸਰਕਾਰਾਂ ਦੀ ਢੇਲਿਆ ਸਾਰੀ ਕੈਪਟਨ ਸਾਹਿਬ ਦੀ ਕਿਉਂਕਿ ਜਿਹੜਾ ਮਾਫੀਆ ਪੰਜਾਬ ਵਿੱਚ ਚਾਹ ਰੇਤ ਮਾਫੀਆ ਹੋ ਬਾ ਚਾਹ ਮੈਨਗ ਮਾਫੀਆ ਹੋ ਬਾ ਚਾਹ ਨਸ਼ਾ ਤਸਕਰ ਦਾ ਮਾਫੀਆ ਬਾ ਮਾਫੀਆ ਉੱਪਰ ਉੱਠ ਖੜੇ ਹੈ ਸਰਕਾਰ ਥੱਲਾ ਦਬ ਚੁੱਕੀ ਹੈ ਜਦੋਂ ਤੱਕ ਸਰਕਾਰ ਨਹੀਂ ਜਾਗੂਗੀ ਤਾਂ ਇੱਕ ਨਹੀਂ 100 100 ਪਰਚੇ ਦਰਜ ਹੋਣੇ ਹਮਲੇ ਵੀ ਹੋਣੇ ਆ ਅਸੀਂ ਤਾਂ ਸਾਡੀ ਲੋਕਾਂ ਦੇ ਵਿੱਚ ਇੱਕੇ ਗੱਲ ਤੇ ਇਲੈਕਸ਼ਨ ਚ ਗਏ ਸੀ ਕਿ ਅਸੀਂ ਮਾਫੀਆ ਬੰਦ ਕਰਾਵਾਂਗੇ ਅਸੀਂ ਲੜਾਈ ਲੜ ਰਹੇ ਹਾਂ ਅੱਜ ਵੀ ਜੋ ਮਰਜ਼ੀ ਕਰੀ ਜਾਣ ਮਾਫੀ ਵਾਲੇ ਇਸ ਤਰ੍ਹਾਂ ਦੀ ਘਬਰਾਣ ਦੀ ਕੋਈ ਗੱਲ ਨਹੀਂ ਹੈਗੀ ਇਹ ਲੋਕਾਂ ਦੇ ਨਾਲ ਜੁੜੇ ਹੋਏ ਲੋਕਾਂ ਦੀ ਆਵਾਜ਼ ਹਰ ਜਗ੍ਹਾ ਪਜਾਈ ਦੀ ਵੀ ਹੈਗੀ ਜਿੱਥੇ ਲੋਕ ਸਾਨੂੰ ਫੋਨ ਕਰਦੇ ਕਿ ਇੱਥੇ ਨਸ਼ਾ ਵੇਚਦਾ ਇੱਥੇ ਮਾਈਨਿੰਗ ਹੁੰਦੀ ਆ ਸੀ ਉੱਥੇ ਜਾਈਦਾ ਹੈ ਚਲੋ ਠੀਕ ਹੈ ਉਹ ਜੋ ਕਰਦੇ ਆ ਕਰਨ ਦੋਨਾਂ ਨੂੰ ਕੈਪਟਨ ਸਰਕਾਰ ਦੀ ਭੂਮਿਕਾ ਨੂੰ ਕਿੱਦਾਂ ਦੇਖਦੇ ਕਿਉਂਕਿ ਵਾਅਦਾ ਕੀਤਾ ਗਿਆ ਸੀ ਵੱਡੇ ਤੌਰ ਤੇ ਗੁਟਕਾ ਸਾਹ ਹੱਥ ਦੇ ਵਿੱਚ ਫੜ ਕੇ ਉਸ ਚੀਜ਼ ਨੂੰ ਕਿੱਦਾਂ ਦੇਖਦੇ ਸਾਰੇ ਸਾਰੇ ਮਾਫੀਆ ਦੀ ਅਸੀਂ ਗੱਲ ਕਰ ਲਈਏ ਮਾਈਨਿੰਗ ਮਾਫੀਆ ਹੋ ਗਿਆ ਰੇਤ ਮਾਫੀਆ ਜਾਂ ਕੇਵਲ ਮਾਫੀਆ ਹੋ ਗਿਆ ਟਰਾਂਸਪੋਰਟ ਮਾਫੀ ਦੇਖੋ ਕੈਪਟਨ ਸਾਹਿਬ ਦੀ ਭੂਮਿਕਾ ਤਾਂ ਜ਼ੀਰੋ ਹੈ ਹਜੇ ਤੱਕ ਰਾਏ ਨਹੀਂ ਗਰਾਉਂਡ ਦੇ ਜੋ ਕੈਪਟਨ ਸਾਹਿਬ ਨੂੰ ਲੋਕਾਂ ਨੇ ਇਸ ਕਰਕੇ ਵੋਟਾਂ ਪੈਂਦੀਆਂ ਕਿ ਕੈਪਟਨ ਸਾਹਿਬ ਤਖੜੇ ਮੁੱਖ ਮੰਤਰੀ ਹੈ ਚੰਗੇ ਫੈਸਲੇ ਲੈ ਸਕਦੇ ਆ ਪਰ ਉਹਨਾਂ ਨੇ ਹਜੇ ਤੱਕ ਕੋਈ ਫੈਸਲਾ ਲਿਆ ਨਹੀਂ ਨਾ ਟਾਲ ਫੈਸਲਾ ਹੋਇਆ ਇਹਦਾ ਇਸ ਤਰ੍ਹਾਂ ਲੱਗਦਾ ਜਿਦਾ ਸਰਕਾਰੀ ਇਕੱਲੇ ਚਲਾਉਂਦੇ ਆ ਉਹੀ ਡੀਜੀਪੀ ਸਾਹਿਬ ਹੈ ਡੀਜੀਪੀ ਸਾਹਿਬ ਵੀ ਉੱਠ ਰਹੇ ਆ ਹਰੇਕ ਬੰਦੇ ਪਰ ਤਾਂ ਰੋਪ ਉੱਠ ਰਹੇ ਆ ਉਹਨਾਂ ਦੇ ਮੰਤਰੀਆਂ ਵੀ ਉੱਠ ਰਹੇ ਆ ਪੁਲਿਸ ਸਾਹਿਬ ਅਫਸਰਾਂ ਤੇ ਉੱਠ ਰਹੇ ਆ ਕੈਪਟਨ ਸਾਹਿਬ ਨੂੰ ਸਖਤ ਫੈਸਲੇ ਲੈਣੇ ਚਾਹੀਦੇ ਇਸ ਜਿਹੜਾ ਨਸ਼ੇ ਦਾ ਤਸਕਰ ਹੈ ਇਹਨਾਂ ਨੂੰ ਤਾਂ ਨਸ਼ੇ ਦੇ ਮਾਫੀਆ ਦੇ ਖਿਲਾਫ ਤਾਂ ਹੀ ਕੁਝ ਨਾ ਕੁਝ ਹੱਲ ਹੋਣਾ ਇਹ ਨਹੀਂ ਕਿ ਜਿਹੜਾ ਨਸ਼ਾ ਖਾਂਦਾ ਉਹਦੇ ਪਰਚਾ ਕਰ ਦੋ ਤੁਸੀਂ 18000 ਬੰਦੇ ਤੇ ਪਰਚਾ ਕਰਤਾ ਉਹ ਗੱਲ ਨਹੀਂ ਹੈ ਉੱਪਰ ਫੜਨੇ ਪੈਣੇ ਜੜਾ ਫੜਨੀਆਂ ਪੈਣੀਆਂ ਹੁੰਦੀਆਂ ਜਿਹੜੇ ਵੱਡੇ ਤਸਕਰ ਹੈ ਵੱਡੇ ਜਿਹੜਾ ਨਸ਼ਾ ਵੇਚਨੇ ਉਹਨਾਂ ਨੂੰ ਫੜੂਗੇ ਤਾਂ ਹੱਲ ਹੋਣਾ ਹੈ ਮਸਲ ਨਹੀਂ ਮੇਰੇ ਮੁਤਾਬਕ ਸਰਕਾਰ ਦੀ ਸ਼ਹਿ ਹੈ ਉਹਨਾਂ ਨੂੰ ਪੂਰੀ ਸ਼ਹਿ ਹੈ ਪੂਰੀ ਸਰਕਾਰ ਨਾਲ ਮਿਲਜੁਲ ਕੇ ਚੱਲਦਾ ਹੈ ਮਾਫੀਆ ਤੇ ਪੁਲਿਸ ਅਫਸਰਾਂ ਦੇ ਨਾਮ ਹੋਣੇ ਨਸ਼ਾ ਤਸਕਰੀ ਦੇ ਵਿੱਚ ਉਹਨਾਂ ਨੂੰ ਕਿ ਦੱਦੇ ਸਾਰੇ ਕੋਈ ਪਹਿਲੀ ਗੱਲ ਨਹੀਂ ਕਿ ਪੁਲਿਸ ਅਫਸਰਾਂ ਦੇ ਪਹਿਲੀ ਵਾਰ ਨਾ ਆਏ ਆ ਪੁਲਿਸ ਅਫਸਰ ਤਾਂ ਕਾਲੀ ਸਰਕਾਰ ਦੇ ਟਾਈਮ ਵੀ ਇਹੀ ਅਫਸਰ ਹੈ ਪੁਲਿਸ ਵਾਲੇ ਵਿੱਚ ਮਿਲੇ ਹੋਏ ਆ ਸਾਰੇ ਇਹੀ ਨਸ਼ਾ ਵੇਚ ਬਕਵਾਉਂਦੇ ਆ ਸਾਰੇ ਇਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਕੌਣ ਬੰਦਾ ਨਸ਼ਾ ਵੇਚਦਾ ਉਹਦੇ ਨਾਲ ਮਿਲੇ ਹੋਏ ਉਹਨਾਂ ਨਾਲ ਪੈਸੇ ਕੁਮਾਰੇ ਆ ਸੋ ਆਵਾਮੀ ਪਾਰਟੀ ਨੇ ਅੱਜ ਧਰਨਾ ਦਿੱਤਾ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤੇ ਖਾਸ ਤੌਰ ਤੇ ਨਸ਼ੇ ਦੇ ਮੁੱਦੇ ਤੇ ਲੈ ਕੇ ਸਰਕਾਰ ਦੇ ਖਿਲਾਫ ਜੰਮ ਕੇ ਦੂਸ਼ਣਬਾਜੀ ਕੀਤੀ ਨਾਅਰੇਬਾਜੀ ਕੀਤੀ ਤੇ ਇਲਜ਼ਾਮ ਲਗਾਏ ਸਰਕਾਰ ਤੇ ਕਿ ਨਸ਼ੇ ਦੇ ਮੁੱਦੇ ਤੇ ਕੈਪਟਨ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਅੱਜ ਦਾ ਧਰਨਾ ਖਤਮ ਕਰ ਦਿੱਤਾ ਗਿਆ ਕੱਲ ਨੂੰ ਇੱਕ ਵਫਦ ਮੁੱਖ ਮੰਤਰੀ ਦੇ ਨਾਲ ਮਿਲੇਗਾ ਉੱਥੇ ਮੁੱਦੇ ਚੱਕੇ ਜਾਣਗੇ ਅਲੱਗ ਸੈਸ਼ਨ ਦੀ ਮੰਗ ਕੀਤੀ ਜਾ ਰਹੀ ਕਿ ਇਸ ਮੁੱਦੇ ਨੂੰ ਲੈ ਕੇ ਸੈਸ਼ਨ ਬੁਲਾਇਆ ਜਾਵੇ ਤੇ ਉਹਦੇ ਵਿੱਚ ਸਿੱਧੇ ਤੌਰ ਤੇ ਸਾਫ ਤੌਰ ਤੇ ਤੇ ਸਪਸ਼ਟ ਤੌਰ ਤੇ ਨਸ਼ੇ ਦੇ ਮੁੱਦੇ ਤੇ ਬਹਿਸ ਹੋਵੇ ਤੇ ਇਸ ਦੇ ਨਤੀਜੇ ਦੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਨਾਲ ਦੀ ਨਾਲ ਹੋਰ ਜਿਹੜੇ ਮੁੱਦੇ ਨੇ ਉਹ ਵੀ ਚੱਕੇ ਜਾਣਗੇ ਫਿਲਹਾਲ ਦੇਖਣਾ ਹੋਵੇਗਾ ਕਿ ਕਦੋਂ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀ ਵਧ ਰਹੀ ਵਰਤੋਂ ਆ ਉਹਨੂੰ ਥੱਲ ਪਾਈ ਜਾ ਸਕੇਗੀ ਕਿਉਂਕਿ ਵਿਰੋਧ ਹੁਣ ਲੋਕਾਂ ਦੇ ਵਿੱਚ ਵੀ ਜਾ ਚੁੱਕਾ ਤੇ ਮੰਤਰੀ ਅਤੇ ਆਗੂ ਵਿਰੋਧ ਲਗਾਤਾਰ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਕਾਲਾ ਹਫਤਾ ਮਨਾਇਆ ਜਾ ਰਿਹਾ ਨਸ਼ੇ ਦੇ ਖਿਲਾਫ ਦੇਖਣਾ ਹੋਵੇਗਾ ਕਿ ਇਸ ਹਫਤੇ ਦਾ ਕਿੰਨਾ ਅਸਰ ਹੁੰਦਾ ਹੈ